ਇਹ ਹੈ ਪੁਰਾਤਨ ਕਟਾਸ ਰਾਜ ਮੰਦਰ। ਇਹ ਮੰਦਰ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਚੱਕਵਾਲ ਨੇੜੇ ਹੈ। ਕਿਹਾ ਜਾਂਦਾ ਹੈ ਕਿ ਜਦੋਂ ਦੇਵੀ ਸਤੀ ਦੀ ਮੌਤ ਤੋਂ ਬਾਅਦ ਭਗਵਾਨ ਸ਼ਿਵ ਰੋਏ ਸਨ ਤੇ ਇਸ ਮੰਦਿਰ ਦਾ ਸਰੋਵਰ ਉਹਨਾਂ ਦੇ ਹੰਝੂਆਂ ਨਾਲ ਭਰ ਗਿਆ ਸੀ। ਕਿਹਾ ਇਹ ਵੀ ਜਾਂਦਾ ਹੈ ਕਿ ਇਸ ਸਰੋਵਰ 'ਚ ਇਸ਼ਨਾਨ ਤੋਂ ਬਾਅਦ ਬੰਦੇ ਦੇ ਪਾਪ ਧੋਤੇ ਜਾਂਦੇ ਹਨ। ਹੁਣ ਇਹ ਸਰੋਵਰ ਸੁੱਕਦਾ ਜਾ ਰਿਹਾ ਹੈ। ਰਵਿੰਦਰ ਕੁਮਾਰ ਸ਼ਿਬਰ ਪਾਕਿਸਤਾਨ ਦੇ ਮੱਧ ਪੰਜਾਬ 'ਚ ਰਹਿੰਦੇ ਹਨ। ਉਹ ਅਕਸਰ ਮੰਦਰ ਦਰਸ਼ਨਾਂ ਲਈ ਜਾਂਦੇ ਹਨ। ਯਹਾਂ ਪੇ ਜੋ ਲੋਕ ਆਤੇ ਥੇ ਜੀ ਇੰਡੀਆ ਸੇ ਆਤੇ ਥੇ ਮਾਂ ਸ਼ਾ ਸ਼ਿਵਰਾਤਰੀ ਪੇ ਆਤੇ ਥੇ ਉਨਕਾ ਇੱਕ ਮਕਸਦ ਹੋਤਾ ਥਾ ਕਿ ਹਮ ਜਾਏਂਗੇ ਵਹਾਂ ਪੇ ਇਸ਼ਨਾਨ ਕਰੇਂਗੇ। ਅਬ ਵੋ ਮਕਸਦ ਜੋ ਹੈ ਵੋ ਤੋ ਉਨਕਾ ਖਤਮ ਹੋ ਚੁੱਕਾ ਹੈ। ਸਥਾਨਕ ਨਿਵਾਸੀਆਂ ਮੁਤਾਬਕ ਇਲਾਕੇ ਵਿੱਚ ਸੀਮੈਂਟ ਦੀਆਂ ਫੈਕਟਰੀਆਂ ਵਧੀਆਂ ਜਿਸ ਕਾਰਨ ਪਾਣੀ ਦੀ ਕਮੀ ਹੋ ਗਈ। ਸਥਾਨਕ ਕਿਸਾਨ ਸਿੰਜਾਈ ਲਈ ਖੂਹ ਪੁੱਟ ਰਹੇ ਹਨ। ਰਾਜਾ ਵਸੀਮ ਮੁਤਾਬਕ ਜੇਕਰ ਹਾਲਾਤ ਇੰਜ ਹੀ ਰਹੇ ਤਾਂ ਜਲਦ ਹੀ ਇਲਾਕੇ ਵਿੱਚ ਪਾਣੀ ਨਹੀਂ ਰਹੇਗਾ। ਸ਼ੁਰੂ ਮੈਂ ਹੁਆ ਹੈ ਵੋ ਇਹ ਥਾ ਕਿ ਵਾਟਰ ਟੇਬਲ 180 ਫੀਟ ਕੇ ਕਰੀਬ ਥਾ। ਪਿਛਲੇ 6-7-8 ਸਾਲ ਸੇ ਵੋ ਡਿਪਲੀਟ ਹੋਤੇ ਹੋਤੇ ਇਸ ਵਕਤ 320-340 ਫੀਟ ਪੇ ਚਲਾ ਗਿਆ ਹੁਆ ਹੈ। ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਕਟਾਸ ਸਰੋਵਰ ਸੁੱਕਣ ਦਾ ਨੋਟਿਸ ਲਿਆ। ਸਥਾਨਕ ਨਿਵਾਸੀਆਂ ਮੁਤਾਬਕ ਸਰੋਵਰ 'ਤੇ ਧਿਆਨ ਕੇਂਦਰਿਤ ਹੋਣ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਵੀ ਹੱਲ ਹੋਵੇਗਾ।